ਉਹ ਦੁੱਖ ਕਿੱਸਾ ਪਾਰੇ ਜਿਸਕੇ ਸਿਰ ਉੱਪਰ ਤੂੰ ਸਵਾਨੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਹਦਾਇਤਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਦੋ ਦਿਨ ਜਿਹੜਾ ਹੈਗਾ ਉਹ ਲੋਕਡਾਊਨ ਲੱਗੇਗਾ ਅਤੇ ਨਾਲ ਦੀ ਨਾਲ ਜਿਹੜੇ ਧਾਰਮਿਕ ਸਥਾਨ ਨੇ ਉਹ ਸ਼ਾਮ ਨੂੰ 6 ਵਜੇ ਬੰਦ ਕਰਨ ਦੀਆਂ ਜਿਹੜੀਆਂ ਹਦਾਇਤਾਂ ਦੁਆਰਾ ਤੋਂ ਫੇਰ ਦੇ ਦਿੱਤੀਆਂ ਗਈਆਂ ਨੇ ਅਸ ਟਾਈਮ ਮੌਜੂਦ ਹਾਂ ਆਨੰਦਪੁਰ ਸਾਹਿਬ ਸ਼ਹਿਰ ਵਿਖੇ ਗੁਰਦੁਆਰਾ ਕੇਸਗੜ੍ਹ ਸਾਹਿਬ ਮੈਨੇਜਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵੀ ਗੁਰਦੁਆਰਾ ਸਾਹਿਬ ਦੀ ਜੇ ਆਪਾਂ ਗੱਲ ਕਰਦੇ ਹਾਂ ਸੰਗਤ ਦੀ ਆਵਾਜ਼ ਕਿੰਨੀ ਕੁ ਘਟ ਗਈ ਹੈ ਕੀ ਫਰਕ ਕੀ ਪਿਆ ਹੈ ਕਰੋਨਾ ਕਾਲ ਦੇ ਵਿੱਚ ਭਾਈ ਸਾਹਿਬ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵੀ ਜੀ ਭਾਈ ਗੁਰਜੀਤ ਕਾ ਹਾਲ ਸਾਹਿਬ ਭਾਈ ਗੁਰਜੀਤ ਕੀ ਵੈ ਗੁਰਜੀਤ ਕੀ ਫਤਿਹ ਜੀ ਸੰਗਤ ਦੀ ਗਿਣਤੀ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ ਰਾਤ ਵੀ ਅਸੀਂ ਦੇਖਿਆ 8 ਵਜੇ ਕੁਰਬਾਨੀ ਦੇ ਕੀਰਤਨ ਹੋ ਰਹੇ ਸੀ ਕੋਈ ਇੱਕ ਦੋ ਜਣੇ ਜਿਹੜੇ ਸੀਗੇ ਉੱਥੇ ਕੀਰਤਨ ਸ਼ਰਵਨ ਕਰ ਰਹੇ ਸੀਗੇ ਕਿਵੇਂ ਤੁਹਾਨੂੰ ਲੱਗਦਾ ਵੀ ਕਿੰਨੀ ਕਿੰਤੀ ਘਟ ਗਈ ਹੈ ਸੰਗਤ ਦਾ ਬਹੁਤ ਰੁਝਾਨ ਜਿਹੜਾ ਘਟਿਆ ਹੋਇਆ ਇਹ ਕਰੋਨਾ ਦੀ ਮਹਾਂਮਾਰੀ ਕਾਰਨ ਕਰ 70 80% ਲੋਕ ਜਿਹੜੇ ਆ ਪਿੰਡਾਂ ਵਾਲੇ ਬਾਹਰੂ ਜਿਹੜੇ ਨਹੀਂ ਆ ਰਹੇ ਇਹ ਲੋਕਲ ਜਾਂ ਕੋਈ ਇੱਕਾ ਦੋਕਾ ਜਿਹੜਾ ਕੋਈ ਹੌਂਡ ਆਇਆ 10 15% ਜਾਂ ਕੀਰਤਪੁਰ ਸਾਹਿਬ ਜੋ ਜਲ ਪ੍ਰਵਾਹ ਕਰਨ ਆਉਂਦੇ ਪ੍ਰਾਣੀਆਂ ਦੇ ਤੇ ਉਹ ਇਧਰ ਆ ਜਾਂਦੇ ਆ ਮੁੱਠਾ ਟੇਕਣ ਬਾਕੀ ਚੇਚੇ ਤੌਰ ਤੇ ਜਿਹੜੀ ਸੰਗਤ ਆਉਂਦੀ ਸੀ ਉਹ ਨਹੀਂ ਆ ਇੱਥੇ ਆ ਰਹੀ ਤੱਕ ਸਾਹਿਬ ਹਾਂਜੀ ਇੱਕ ਚੀਜ਼ ਤੁਸੀਂ ਹੋਰ ਦੇਖੀਏ ਵੀ ਜਿਵੇਂ ਅਸੀਂ ਸ਼ਾਮ ਨੂੰ ਵੇਖਿਆ ਹੈਗਾ 8 ਵਜੇ ਉਦੋਂ ਕਾਫੀ ਜ਼ਿਆਦਾ ਸੰਗਤ ਜਿਹੜੀ ਇੱਥੇ ਪਹੁੰਚੀ ਹੁੰਦੀ ਸੀਗੀ ਪਰ ਜਦ ਸੀ ਰਾਤ ਤੇ ਵੇਖਿਆ ਤੇ ਕਾਫੀ ਜ਼ਿਆਦਾ ਗਿਣਤੀ ਘੱਟ ਸੀ ਬਿਲਕੁਲੀ ਬਸ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀਗਾ ਤਿੰਨ ਚਾਰ ਕੇ ਜਿਹੜੇ ਸੀਗੇ ਉਹ ਸੰਗਤ ਦੇ ਬੈਠੇ ਸੀਗੇ ਉਹ ਤਾਂ ਏਦਾਂ ਜੀ ਜਿਹੜੀ ਹੁਣ ਸੰਗਤ ਪ੍ਰੋਪਰ ਆਉਂਦੀ ਸੀ ਨਾ ਦਰਸ਼ਨ ਮੇਲੇ ਕਰਨ ਤੇ ਰਾਤ ਸਟੇ ਵੀ ਕਰਦੀ ਸੀ ਇੱਥੇ ਉਹ ਜਿਹੜੀ ਰਾਤ ਸਟੇ ਕਰਦੀ ਸੀ ਫਿਰ ਦਰਸ਼ਨ ਮੇਲੇ ਵੀ ਕਰਨੇ ਛਾ ਉਹਨੂੰ ਜਿਵੇਂ ਰਜਾਨਾ ਦੇ ਵਿੱਚ ਰੋਜ਼ ਹੀ ਰੁਟੀਨ ਦੇ ਵਿੱਚ ਗੁਰੂ ਸਾਹਿਬ ਦੇ ਸ਼ਾਸਤਰਾਂ ਦੇ ਦਰਸ਼ਨ ਹੁੰਦੇ ਉਹ ਸ਼ਾਸਤਰ ਵੇਖ ਕੇ ਲੋਕ ਤੇ ਫੇਰ ਹੀ ਜਾਂਦੇ ਸੀ ਆਪਣੇ ਕਮਰਿਆਂ ਨੂੰ ਹੁਣ ਤਾਂ ਕਮਰੇ ਵੀ ਖਾਲੀ ਪਏ ਆ ਜੀ ਤਕਰੀਬਨ 100 150 ਕਮਰੇ ਸਾਡਾ ਲੱਗਾ ਹੁੰਦਾ ਸੀ ਆਮ ਦਿਨਾਂ ਦੇ ਵਿੱਚ ਛਣਿਆਤਵਾਰ ਨੂੰ ਤਾਂ ਤਕਰੀਬਨ 4 500 ਕਮਰੇ ਸਾਡੇ ਕੋਲ ਸਾਰੇ ਬੁੱਕ ਹੋਇਆ ਹੁੰਦਾ ਸੀ ਹੁਣ ਤਾਂ ਕੋਈ 5-7 ਕਮਰੇ ਹੁੰਦੇ ਆ ਜੀ ਜਿਹੜਾ ਕੋਈ ਮਜਬੂਰੀ ਦਾ ਆਇਆ ਹੁੰਦਾ ਜਿਵੇਂ ਗੱਲ ਪ੍ਰਵਾਹ ਕਰਨ ਆਇਆ ਸ ਉਹ ਹੀ ਹੁੰਦੇ ਪ੍ਰਾਣੀ ਬਾਕੀ ਹੋਰ ਕੋਈ ਨਹੀਂ ਹੈਗਾ ਯਾਤਰੀ ਜੀ ਕੀ ਜਰੂਰ ਦੱਸੋ ਇਹ ਸ਼ਾਸਤਰਾਂ ਦੇ ਦਰਸ਼ਨ ਜਿਹੜੇ ਰੋਜ਼ਾਨਾ ਕਰਵਾਏ ਜਾਂਦੇ ਨੇ ਤਖਤ ਸਾਹਿਬ ਵਿਖੇ ਹਾਂਜੀ ਤਖਤ ਸਾਹਿਬ ਤੇ ਸ਼ਾਮ ਨੂੰ ਰੋਜ਼ਾਨਾ ਹੁੰਦੇ ਆ ਜਦੋਂ ਸਮਾਪਤੀ ਹੁੰਦੀ ਆ ਫਿਰ ਉਹਨਾਂ ਨੂੰ ਮਹਾਰਾਜ ਜਦੋਂ ਸੁਖਾਸਨ ਸਾਹਿਬ ਹੁੰਦੇ ਆ ਤੇ ਨਾਲ ਇਸ ਖਾਸਨ ਵਾਲੇ ਕਮਰੇ 'ਚ ਸ਼ਾਸਤਰ ਤਬਦੀਲ ਕਰ ਦਿੱਤੇ ਜਾਂਦੇ ਆ ਆਮ ਦਿਨਾਂ ਦੇ ਵਿੱਚ ਐਤਵਾਰ ਨੂੰ ਜਦੋਂ ਸਵੇਰ ਦੀ ਕਥਾ ਹੁੰਦੀ ਆ ਤੇ ਉਦੋਂ ਵੀ ਕਰਾਏ ਜਾਂਦੇ ਤੇ ਸਕਰਾਂਤ ਜਾਂ ਕੁਦੰਦੇ ਵਾਲਾ ਹੋਵੇ ਉਦੋਂ ਫਿਰ ਨਾਲ ਕਰਾਏ ਜਾਂਦੇ ਆ ਨਹੀਂ ਤੇ ਐਤਵਾਰ ਨੂੰ ਡੇਲੀ ਸਵੇਰੇ ਤੇ ਸਮਾਪਤੀ ਵੇਲੇ ਸ਼ਾਮ ਨੂੰ ਰੋਜ਼ ਸਵੇਰੇ ਸਵੇਰ ਸ਼ਾਮ ਹੁਣ ਹੁਣ ਵੀ ਮਤਲਬ ਦਰਸ਼ਨ ਕਰਵਾਉਣੇ ਹੋ ਗੋ ਕਿ ਸੰਗਤ ਬਹੁਤ ਜ਼ਿਆਦਾ ਘਟ ਹੈਗੀ ਆ ਦਰਸ਼ਨ ਕਰਾਉਣੇ ਪੈਂਦੇ ਦਰਸ਼ਨ ਕਰਵਾ ਕੇ ਫੇਰ ਹੀ ਰੱਖਣਾ ਪੈਂਦਾ ਮर्याਦਾ ਅਨਸਾਰ ਵੀ 2 4 ਜਿੰਨੇ ਵੀ ਹੈਗੇ ਸਾਰਿਆਂ ਨਹੀਂ ਹੋਏ 10 ਹੋਏ 5 ਹੋਏ ਉਸ ਸਾਸ਼ਤਰਾਂ ਦੇ ਦਰਸ਼ਨ ਕਰਾ ਕੇ ਫੇਰ ਹੀ ਰੱਖਣਾ ਪੈਂਦੇ ਹਾਂਜੀ ਸਰਕਾਰ ਦੇ ਵੱਲੋਂ ਦੁਬਾਰਾ ਫੇਰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਵੀ 6 ਵਜੇ ਜਿਹੜਾ ਲਾਕਡਾਊਨ ਲਾ ਦੋ ਧਾਰਮਿਕ ਸਥਾਨ ਉਹ 6 ਵਜੇ ਬੰਦ ਹੋਣਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਦੇ ਬਾਰੇ ਤਾਂ ਦੇਖੋ ਜੀ ਸਾਡੀ ਮਰਿਆਦਾ ਜਿਹੜੀ ਆ ਤੇ ਸਾਡਾ ਸੋਦਰ ਰਹਿਰਾਸ ਦਾ ਪਾਠ ਆ ਜਿਹੜਾ ਉਹ ਤਾਂ ਸ਼ਾਮ ਨੂੰ ਸੂਰਜ ਛੂਪੇ ਦੇ ਤਕਰੀਬਨ ਉਹ ਟਾਈਮ ਤੇ ਹੀ ਹੁੰਦਾ ਹੈ ਸੋਦਰ ਰਹਿਰਾਸ ਤਾਂ ਅਸੀਂ ਤਾਂ ਉਸੇ ਟਾਈਮ ਤੇ ਰੱਖਾਂਗੇ ਬਾਕੀ ਯਾਤਰੂ ਤਾਂ ਕੋਈ ਪਹਿਲਾਂ ਹੀ ਨਹੀਂ ਆ ਰਿਆ ਸਰਕਾਰਾਂ ਨੇ ਤੇ ਇਹੋ ਹੀ ਆ ਨਾ ਡਰ ਪਈ ਕੋਈ ਪਬਲਿਕ ਇਕੱਠ ਨਾ ਕਰੋ ਵੀ ਬਿਮਾਰੀ ਕਰਕੇ ਕੋਈ ਬਿਮਾਰੀ ਨਾ ਫੈਲੇ ਸੋਸ਼ਲ ਡਿਸਟੈਂਸ ਰੱਖੋ ਤੇ ਉਹਦੇ ਕਰਕੇ ਤਾਂ ਸਾਡੇ ਤੇ ਸੰਗਤ ਪਹਿਲਾਂ ਹੀ ਨਹੀਂ ਆ ਗਈ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰੇ ਸਾਡੇ ਉੱਥੇ ਪਹਿਲਾਂ ਹੀ ਤਕਰੀਬਨ ਉਹ ਸ਼ਾਮ ਦਾ ਸਮਾਗਮਤੀ ਹੋ ਜਾਂਦੀ ਆ ਸੂਰ ਦਾ ਰਹਿਰਾਸ ਦਾ ਪਾਠ ਸਾਹਿਬ ਤੋਂ ਬਾਅਦ ਸੋਲਾ ਸਾਹਿਬ ਪੜ੍ਹ ਕੇ ਤੇ ਸੁਹਾਸਨ ਕਰਵਾ ਦਿੰਦੇ ਆ ਤੇ ਬਾਕੀ ਮर्याਦਾ ਅਨਸਾਰ ਹੀ ਚੱਲਾਂਗੇ 6 ਵਜੇ ਦਾ ਤਾਂ ਕੋਈ ਟਾਈਮ ਨਹੀਂ ਨਾ ਹੈਗਾ ਜੇ ਹੁਣੇ ਕਹਿਣਗੇ 12 ਵਜੇ ਕਰ ਦੋ ਤੇ ਸੂਦਰ ਦਾ ਸ਼ਾਮ ਦਾ ਹੀ ਪਾਣੀ ਆ ਤੇ 12 ਵਜੇ ਤੱਕ ਰਿਆ ਨਹੀਂ ਜਾਣਾ ਉਹ ਤਾਂ ਸਵੇਰ ਨੂੰ ਹੀ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਨਾ ਵੀ ਜਿਹੜੇ ਸੂਦਰ ਦਾ ਪਾਠ ਹੈਗਾ ਉਹ ਸੂਰਜ ਡੁੱਬਣ ਤੋਂ ਬਾਅਦ ਦੇ ਵਿੱਚ ਹੋਣਾ 6 ਵਜੇ ਤਾਂ ਹੁਣ ਸੂਰਜ ਡੁੱਬਦਾ ਨਹੀਂ ਨਾ ਨਹੀਂ ਜੀ ਉਹ ਤਾਂ ਮर्याਦਾ ਅਨਸਾਰ ਹੀ ਹੋਊਗਾ ਜੀ ਮर्याਦਾ ਅਨਸਾਰ ਹੀ ਸਾਨੂੰ ਪਹਿਲਾਂ ਵੀ ਕਿਹਾ ਸੀ ਸਰਕਾਰ ਨੂੰ ਆਇਆ ਸੀ ਸੁਣਿਆ ਪਰ ਉਹਨਾਂ ਨੂੰ ਅਸੀਂ ਦੱਸਿਆ ਸੀ ਵੀ ਅਸੀਂ ਕਠ ਨਹੀਂ ਕਰਦੇ ਕੋਈ ਵੀ ਵੀ ਇਕਦੋਕਾ ਹੀ ਸੰਗਤ ਹੁੰਦੀ ਆ ਤੇ ਉਹ ਸਾਨੂੰ ਤੁਸੀਂ ਮਰਿਆਦਾ ਅਨਸਾਰ ਹੀ ਸੋਦਾ ਰਹਿਦਾ ਸਾਦਾ ਪਾਠ ਕਰਨ ਦਿਓ ਬਾਕੀ ਅਸੀਂ ਆਪਣਾ ਯਾਤਰੂਆਂ ਨੂੰ ਵੀ ਬੇਨਤੀ ਕਰਨ ਡਏ ਆ ਲਿਖ ਲਿਖ ਕੇ ਬੋਰਡ ਵੀ ਲਾਏ ਨੇ ਵੀ ਆਪਣਾ ਮੂੰਹ ਢੱਕ ਕੇ ਰੱਖੋ ਸੈਨੀਟਾਈਜ਼ਰ ਵਗੈਰਾ ਰੱਖੇ ਨੇ ਉਹ ਹੱਥ ਸਾਫ਼ ਕਰਕੇ ਜਾਓ ਵਾਸ਼ਵੇਸ਼ਨਾ ਤੇ ਵੀ ਸਾਬਣ ਵਗੈਰਾ ਰੱਖਿਆ ਹੋਆ ਵੀ ਚਲੋ ਜਿੰਨੇ ਵੀ ਮਾਮਾਰੀ ਤੋਂ ਬਚਿਆ ਜਾਵੇ ਚੰਗੀ ਗੱਲ ਆ ਬਾਕੀ ਗੁਰੂ ਘਰਾਂ ਦੇ ਵਿੱਚ ਤਾਂ ਆਪਾਂ ਸੋਖਮੰਗਣ ਆਉਂਦੇ ਆ ਬਿਮਾਰੀਆਂ ਦੂਰ ਕਰਾਉਣ ਆਉਂਦੇ ਆ ਉਹ ਦਰਬਾਰ ਸਾਹਿਬ ਕਈ ਸਿੰਘ ਜਿਹੜੇ ਬਿਮਾਰੀਆਂ ਤੋਂ ਤੰਦਰੁਸਤ ਹੋਏ ਆ ਤੇ ਉਹ ਇੱਥੇ ਵੀ ਮਹਾਰਾਜ ਦਾ ਪ੍ਰਕਾਸ਼ ਆ ਮਹਾਰਾਜ ਦੇ ਇੰਨੇ ਸਾਲ ਰਹੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਤੇ ਬਿਮਾਰੀਆਂ ਦਾ ਦੂਰ ਹੁੰਦੀਆਂ ਆ ਇੱਥੇ ਮਹਾਰਾਜ ਦੇ ਘਰ ਆ ਕੇ ਤੇ ਹੁੰਨ ਗਿਆ ਵੀ ਤੇ ਹੁੰਦੀਆਂ ਵੀ ਆ ਤੇ ਹੁੰਦੀਆਂ ਹੀ ਰਹਿਣੀਆਂ ਜੀ ਤੇ ਯਾਤਰੀਆਂ ਨੂੰ ਤਾਂ ਬੇਨਤੀ ਇਹੋ ਹੀ ਆ ਵੀ ਆਪਣਾ ਚਲੋ ਮੂੰਹ ਟੱਕ ਕੇ ਆਓ ਤੇ ਸੋਸ਼ਲ ਡਿਸਟੈਂਸ ਰੱਖੋ ਤੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰੋ ਜੀ ਆਣ ਕੇ ਆਮ ਲੋਕ ਤੁਹਾਨੂੰ ਮਿਲਦੇ ਹੋਣਗੇ ਕਿਉਂਕਿ ਤੁਸੀਂ ਫੀਲਡ ਵਿੱਚ ਵਿਚਰਦੇ ਹੋ ਕਦੇ ਹੇਠਾਂ ਲੰਗਰ 'ਚ ਚਲੇ ਗਏ ਕਦੇ ਉੱਪਰ ਆਪਣੀ ਡਿਊਟੀ ਤੇ ਆ ਗਏ ਆਮ ਸ਼ਹਿਰ ਦੇ ਲੋਕ ਤੁਹਾਨੂੰ ਬਹੁਤ ਸਾਰੇ ਜਾਣਦੇ ਹੋਣਗੇ ਮਿਲਦੇ ਹੋਣਗੇ ਉਹਨਾਂ ਦਾ ਕੀ ਮਤਲਬ ਕਿ ਵਿਊ ਹੈਗੇ ਨੇ ਕਰੋਨਾ ਨੂੰ ਲੈ ਕੇ ਉਹਨਾਂ ਦੇ ਤੇ ਕੋਈ ਐਸੇ ਖਾਸ ਨਹੀਂ ਹੈਗੀ ਉਹ ਤਾਂ ਦੁਕਾਨਦਾਰ ਜਿਹੜੇ ਉਹ ਤੇ ਵਿਚਾਰੇ ਕਹਿ ਰਹੇ ਆ ਵੀ ਸਾਡਾ ਤਾਂ ਰੋਟੀ ਪਾਣੀ ਦਾ ਵੀ ਬਹੁਤ ਔਖਾ ਹੋਇਆ ਹਾਂਜੀ ਜਿਸ ਬੰਦੇ ਨੇ ਜਿੰਨਾ ਕਮਾਉਣਾ ਉਹ ਹੀ ਖਾਣਾ ਉਹਦੇ ਲਈ ਤੇ ਬਹੁਤ ਔਖਾ ਆ ਤੇ ਉਹ ਤਾਂ ਕਹਿ ਰਹੇ ਆ ਕਿ ਦੁਕਾਨਾਂ ਖੋਲਣਾ ਆਪਾਂ ਖੋਲ ਲਈਏ ਤੇ ਚਲੋ ਚਾਰ ਪੈਸੇ ਆਉਣ ਸਾਡੇ ਕੋ ਤੇ ਯਾਤਰੂ ਵੀ ਚਾਹਦੇ ਆ ਵੀ ਅਸੀਂ ਜਾਈਏ ਜਿਹੜੇ ਘਰ ਦੇ ਵਿੱਚ ਵਿਚਾਰੇ ਕਿਨੇ ਕਿਨੇ ਦਿਨਾਂ ਤੋਂ ਬੰਦ ਪਏ ਆ ਘਰੇ ਨਿਕਲਣਾ ਹੀ ਨਹੀਂ ਹੈਗਾ ਸ਼ਹਿਰਾਂ ਦੇ ਵਿੱਚ ਤਾਂ ਪ੍ਰੋਬਲਮ ਇਹੋ ਹੀ ਆ ਨਾ ਬਾਹਰ ਨਿਕਲਣਾ ਛੋਟੇ ਛੋਟੇ ਘਰ ਨੇ ਤੇ ਪਿੰਡਾਂ ਦੇ ਵਿੱਚ ਤਾਂ ਬੰਦਾ ਖੇਤੀਬਾੜੀ ਕੀਤੀ ਆ ਬਾਹਰ ਖੇਤਾਂ ਨੂੰ ਨਿਕਲ ਜਾਂਦਾ ਨਾਲ ਕੋਈ ਰੋਕਦਾ ਨਹੀਂ ਹੈਗਾ ਸ਼ਹਿਰਾਂ ਦੇ ਵਿੱਚ ਲਾਕਡਾਊਨ ਕਰਕੇ ਸਰਕਾਰਾਂ ਦੇ ਉਹਨਾਂ ਨੂੰ ਜੋ ਪ੍ਰਸ਼ਾਸਨ ਉਹਨਾਂ ਵੀ ਆਪਣੇ ਹਦਾਇਤਾਂ ਮੁਤਾਬਕ ਉਹਨਾਂ ਨੂੰ ਜਿੱਦਾਂ ਹੋਈਆਂ ਹਦਾਇਤਾਂ ਉਹਦੇ ਹਸਾਬ ਨਾਲ ਰੋਕਦੇ ਆ ਵੀ ਉਹਦੇ ਨਾਲ ਪ੍ਰੋਬਲਮ ਹੀ ਆ ਲੋਕਾਂ ਲੋਕੀ ਤੇ ਇਹੋ ਹੀ ਕਹਿੰਦੇ ਆ ਮੈਂ ਚਲੋ ਗੁਰਦੁਆਰਾ ਸਾਹਿਬ ਖੁੱਲਾ ਹੋਵੇ ਕੀਰਤਨ ਚੱਲਦਾ ਹੋਵੇ ਤਾਂ ਬੰਦਾ ਉੱਥੇ ਘੜੀ ਬੈ ਕੇ ਕੀਰਤਨ ਹੀ ਸੁਣ ਲੈਂਦਾ ਜੇਹੀ ਲੱਗਾ ਰਹਿੰਦਾ ਤੇ ਘਰ ਵੀ ਕਿੰਨੇ ਚਿਰ ਬੈਠਣਾ ਹੈ ਲੋਕਾਂ ਦੇ ਵਿੱਚ ਤੇ ਐਸਜੀਪੀਸੀ ਨੇ ਉਹ ਪ੍ਰਾਲਾ ਕੀਤਾ ਹੈ ਆਕਸੀਜਨ ਦੇ ਲੰਗਰ ਦਾ ਇੱਕ ਬੜਾ ਨਵਿਕਲ ਆ ਪ੍ਰਾਲਾ ਹੈ ਲੋੜ ਸੀ ਇਸ ਚੀਜ਼ ਦੀ ਹੈ ਨਾ ਜੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਜਗ੍ਹਾ ਤਾਂ ਪਹਿਲਾਂ ਖੋਲ ਦਿੱਤਾ ਗਿਆ ਵਾ ਆਕਸੀਜਨ ਦਾ ਜੋ ਲੰਗਰ ਗੁਰੂ ਸਾਹਿਬ ਦੀਆਂ ਵੱਲੋਂ ਇੱਕ ਤਾਂ ਬਠਿੰਡਾ ਕੋਲਿਆ ਸਾਬੋ ਕੀ ਤਲਵੰਡੀ ਇੱਕ ਆਲਮਗੀਰ ਸਾਹਿਬ ਇੱਕ ਅਨਡਾਲੇ ਖੋਲਿਆ ਬੀਬੀ ਜੀ ਨੇ ਪ੍ਰਧਾਨ ਸ਼ਰੋਮਣ ਕਮੇਟੀ ਨੇ ਬੀਬੀ ਜਗੀਰ ਕੌਰ ਜੀ ਨੇ ਇੱਕ ਕਾਲ ਨੂੰ ਸ਼ਾਇਦ ਗੁਰਦੁਆਰਾ ਪੱਠਾ ਸਾਹਿਬ ਵੀ ਖੋਲ ਰਹੇ ਨੇ ਰੂਪੜ ਹਾਂਜੀ ਤੇ ਉਹ ਕਾਲ ਨੂੰ ਸ਼ਾਇਦ ਉੱਥੇ ਦਗਾਟਨ ਕਰਨਗੇ ਉਹਨਾਂ ਦਾ ਉੱਥੇ ਵੀ 25 ਕੋ ਬੈਡਾਂ ਦਾ ਖੋਲ ਰਹੇ ਆ ਤੇ ਜੇ ਲੋਡ ਪਈ ਤਾਂ ਹੋਰ ਵੀ ਵਧ ਵਧਾਉਣਗੇ ਜੇ ਇੱਥੇ ਵੀ ਲੋਡ ਪਈ ਤਾਂ ਸਾਹਿਬ ਵੀ ਤੇ ਜਿੱਦਾਂ ਅੱਗੋਂ ਹੁਕਮ ਪ੍ਰਧਾਨ ਜੀ ਦਾ ਉਦਾਂ ਫਿਰ ਇੱਥੇ ਵੀ ਖੋਲੇ ਜਾਣਗੇ ਜੀ ਅਸੀਂ ਤਾਂ ਪੂਰਾ ਪ੍ਰਾਲਾ ਕਰ ਰਹੇ ਆ ਵੀ ਕਿਸੇ ਨੂੰ ਤਕਲੀਫ ਨਾ ਆਵੇ ਬਹੁਤ ਵਧੀਆ ਪ੍ਰਾਲਾ ਪ੍ਰਧਾਨ ਜੀ ਦਾ ਤੇ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆ ਸਾਧ ਸੰਗਤ ਨੂੰ ਤੇ ਰਲ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰਕੇ ਤੇ ਇਸ ਬਿਮਾਰੀ ਨਾਲ ਲੜੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸੰਗਤ ਨੂੰ ਕੀ ਜਣਾ ਕਿਉਂਕਿ ਕਰੋਨਾ ਲਗਾਤਾਰ ਵੱਧਦਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਲੈ ਕੇ ਵੀ ਨਾਲ ਦੀ ਨਾਲ ਜਿਹੜਾ ਹੈਗਾ ਤੁਸੀਂ ਵਧੀਆ ਸਿਸਟਮ ਬਣਾਇਆ ਜਿਵੇਂ ਆਪਾਂ ਗੱਲ ਕਰਦੇ ਆ ਦੂਰੀਆਂ ਦੀ ਲੋਕ ਬੜੀ ਦੂਰੀਆਂ ਰੱਖ ਕੇ ਚੱਲ ਰਹੇ ਨੇ ਫਿਰ ਵੀ ਲੋਕਾਂ ਦੇ ਵਿੱਚ ਹਜੇ ਜਾਗਰੂਕਤਾ ਨਹੀਂ ਹੈਗੀ ਚੰਗੀ ਤਰ੍ਹਾਂ ਨਹੀਂ ਲੈ ਰਹੇ ਕਰੋਨਾ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ ਇਸ ਚੀਜ਼ ਨੂੰ ਕੀ ਕਹਿਣਾ ਚਾਹੁੰਦੇ ਹੋ ਮੇਰੀ ਤਾਂ ਸਾਧ ਸੰਗਤ ਜੀ ਇਹੋ ਹੀ ਬੇਨਤੀ ਆ ਵੀ ਦੇਖੋ ਜੀ ਬਿਮਾਰੀ ਕੋਈ ਵੱਡੀ ਨਹੀਂ ਹੁੰਦੀ ਜੇ ਆਪਾਂ ਜਿੱਦਾਂ ਸਰਕਾਰਾਂ ਵੱਲੋਂ ਸਿਹਤ ਵਿਭਾਗ ਵੱਲੋਂ ਹਦਾਇਤਾਂ ਕੀਤੀਆਂ ਉਹ ਹਦਾਇਤਾਂ ਜੇ ਆਪਾਂ ਫੋਲੋ ਕਰਾਂਗੇ ਤੇ ਕੋਈ ਬਿਮਾਰੀ ਲੱਗੇ ਨਹੀਂ ਆਉਂਦੀ ਇੱਕ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਂਦੇ ਆ ਤੇ ਉੱਥੇ ਤੇ ਤੰਦਰੁਸਤੀ ਮਿਲਦੀ ਆ ਬਿਮਾਰੀ ਨਹੀਂ ਮਿਲਦੀ ਉੱਥੇ ਤੇ ਫਿਰ ਵੀ ਆਓ ਤੁਸੀਂ ਵਧੀਆ ਆਪਣਾ ਮੂੰਹ ਟੱਕ ਕੇ ਆਓ ਗੁਰੂ ਸਾਹਿਬ ਦੀ ਬਾਣੀ ਸੁਣੋ ਬਾਣੀ ਦੇ ਵਿੱਚ ਬੜੀ ਸ਼ਕਤੀ ਹੈ ਜਿਹੜਾ ਬੰਦਾ ਪਿੰਗਲਿਆਂ ਨੂੰ ਠੀਕ ਕਰ ਸਕਦਾ ਗੁਰੂ ਤੇ ਉਹ ਇੱਥੇ ਇਹ ਬਿਮਾਰੀ ਕੀ ਉਹਦੇ ਅੱਗੇ ਸਾਡੇ ਗੁਰੂਆਂ ਨੇ ਤਾਂ ਬਿਮਾਰੀਆਂ ਦੇ ਨਾਲ ਜੂਝ ਕੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤੇ ਇੱਥੇ ਆਣ ਕੇ ਤੁਸੀਂ ਬਾਣੀ ਸੁਣੋਗੇ ਮਹਾਰਾਜ ਨਾਲ ਜੁੜੋਗੇ ਬਾਣੀ ਪੜੋਗੇ ਤੇ ਸਭ ਦੁੱਖ ਕਲਾ ਜਿਹੜੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਦੀ ਹੈ ਬਾਣੀ ਤੇ ਸਭ ਕੁਝ ਠੀਕ ਹੋ ਜਾਊਗਾ ਗੁਰੂ ਘਰ ਤੇ ਆਓ ਆਪਣਾ ਸੋਸ਼ਲ ਡਿਸਟੈਂਸ ਰੱਖੋ ਹੂੰ ਟੱਕ ਕੇ ਆਓ ਤੇ ਮਹਾਰਾਜ ਦੇ ਘਰ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮੈਨੇਜਰ ਸਾਹਿਬ ਮਲਕੀਤ ਸਿੰਘ ਜੀ ਬੜੀ ਸੋਹਣੀ ਇਹਨਾਂ ਨੇ ਗੱਲ ਕੀਤੀ ਹੈ ਵੀ ਹਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੌਸਲਾ ਮਿਲਦਾ ਹੈ ਦਿਵਾਗ ਦੀ ਤੰਦਰੁਸਤੀ ਮਿਲਦੀ ਹੈ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਗੁਰੂ ਸਾਹਿਬ ਜੀ ਕੋਲੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਆਉਣ ਵਾਲਾ ਸਮਾਂ ਅ ਵਧੀਆ ਹੋਵੇ ਇਹਦੇ ਲਈ ਨਜਿੱਠਣ ਦੇ ਲਈ ਸਾਨੂੰ ਹੌਸਲਾ ਮਿਲਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੇਸਗੜ੍ਹ ਸਾਹਿਬ ਦੀ ਗੱਲ ਕਰਦੇ ਆਂ ਲੱਖਾਂ ਹੀ ਸੰਗਤ ਇੱਥੇ ਰੋਜ਼ਾਨਾ ਆਉਂਦੀ ਹੈ ਪਰ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ ਸਰਕਾਰਾਂ ਦੇ ਵੱਲੋਂ ਦਿੱਤੀ ਗਈਆਂ ਹਦਾਇਤਾਂ ਦੇ ਜਿਹੜਾ ਕਿਹਾ ਗਿਆ ਹੈ ਵੀ 6 ਵਜੇ ਬਿਲਕੁਲ ਬੰਦ ਕਰ ਦਿੱਤੇ ਜਾਣ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਬੰਦ ਕਰ ਦਿੱਤੇ ਜਾਣ ਬੜੀ ਸੋਹਣੀ ਮੈਨੇਜਰ ਸਾਹਿਬ ਨੇ ਗੱਲ ਕਹੀ ਹੈ ਵੀ ਹਾਂ ਸਿੱਖਾਂ ਦਾ ਸੋਦਰ ਦਾ ਟਾਈਮ ਹੈ ਜਿਹੜਾ ਔਰ ਸੂਰਜ ਛੁਪਣ ਤੋਂ ਬਾਅਦ ਦੇ ਵਿੱਚ ਹੁੰਦਾ ਹੈ ਇਸ ਕਰਕੇ ਜਿਹੜਾ ਇਹ ਪ੍ਰਾਤਨ ਮਰਿਆਦਾ ਹੈ ਇਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਫਿਰ ਵੀ ਜਿਵੇਂ ਸੰਗਤ ਨੂੰ ਹਦਾਇਤ ਕੀਤੀ ਗਈ ਹੈ ਵੀ ਹਾਂ ਦੂਰੀਆਂ ਬਣਾ ਕੇ ਰੱਖੀਆਂ ਜਾਣ ਤੁਸੀਂ ਦੇਖ ਰਹੇ ਹੋ ਸੁਰਖਾਵ ਟੀਵੀ ਮੈਂ ਅਮਰਪ੍ਰੀਤ ਸਿੰਘ ਗੱਜਰਵਾਲ